ਦੇ ਦਿੰਦੇ ਹੋ ਕੀ ਲੱਗਦਾ ਕਿ ਜੋ ਸਰਕਾਰ ਅੱਗੇ ਹੁਣ ਕੰਮ ਕਰ ਰਹੀ ਆ ਉਹਦੇ ਮੁਤਾਬਿਕ ਸਰਕਾਰਾਂ ਦੇ ਕੰਮ ਸਾਰੇ ਸਿਰੇ ਚੜ੍ਹਨਗੇ ਸਰ ਦਵਿੰਦਰ ਜੀ ਸਭ ਤੋਂ ਪਹਿਲਾਂ ਤੇ ਅੱਜ ਤੱਕ ਕੰਮ ਨੇ ਸਾਹਮਣੇ ਤੁਹਾਡਾ ਬਹੁਤ ਵੱਡਾ ਉਪਰਾਲਾ ਕਿ ਤੁਸੀਂ ਇਹ ਸਾਰੀਆਂ ਸਰਕਾਰੀ ਸਕੀਮਾਂ ਆਪਣੇ ਮੀਡੀਆ ਦੇ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਪ੍ਰਿੰਟ ਮੀਡੀਆ ਦੇ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਇਹਦੇ ਤੁਸੀਂ ਤੁਹਾਡੀ ਸ਼ਲਾਘਾ ਕੀਤੀ ਜਾਂਦੀ ਪੂਰੀ ਟੀਮ ਦੀ ਆਮਨੇ ਅੱਜ ਤੱਕ ਆਮਨੇ ਸਾਹਮਣੇ ਟੀਮ ਦੀ ਦੂਜੇ ਨੰਬਰ 'ਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਘਨਸ਼ਾਮ ਛੋਰੀ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਉਹਨਾਂ ਦੀ ਸੋਚ ਦੀ ਅਤੇ ਪੂਰਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ ਜਿੱਥੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਵਧਾਈ ਦੇ ਪਾਤਰ ਨੇ ਬਸ ਮੇਰੀ ਇਹੀ ਅਪੀਲ ਹੈ ਬੇਨਤੀ ਨਹੀਂ ਅਪੀਲ ਹੈ ਸਰਕਾਰ ਨੂੰ ਕਿ ਇੱਦਾਂ ਦੇ ਕੈਂਪ ਜਿਹੜੇ ਹੈ ਸੁਵਿਧਾ ਕੈਂਪ ਹੈ ਉਹ ਇੱਕ ਮਹੀਨੇ ਦੇ ਵਿੱਚ ਦੋ ਤਿੰਨ ਵਾਰੀ ਜ਼ਰੂਰ ਲੱਗਿਆ ਕਰਨ ਮਹੀਨੇ ਦੇ ਵਿੱਚ ਲੋਕਾਂ ਨੂੰ ਹਾਂ ਇੱਕ ਵਾਰੀ ਜ਼ਰੂਰ ਲੱਗਿਆ ਕਰਨ ਔਰ ਘੱਟੋ ਘੱਟ ਤਿਮਾਹੀ ਦੇ ਵਿੱਚ ਤਿੰਨ ਮਹੀਨਿਆਂ ਵਿੱਚ ਦੋ ਵਾਰੀ ਤਾਂ ਜ਼ਰੂਰ ਲੱਗਿਆ ਕਰਨ ਇਹ ਮੇਰੀ ਸਰਕਾਰ ਨੂੰ ਅਪੀਲ ਹੈ ਮੈਨੂੰ ਇੱਕ ਜਾਣਕਾਰੀ ਹੋਰ ਲੈਣਾ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿੱਚ ਤਾਂ ਪਲਾਟ ਦੀ ਗੱਲ ਕਰੀਏ ਪੰਜ ਪੰਜ ਮਰਲੇ ਪਲਾਟ ਮਿਲ ਰਹੇ ਆ ਅਤੇ ਕਿਹਨਾਂ ਕਿਹਨਾਂ ਨੂੰ ਮਿਲਣਗੇ ਪਿੰਡਾਂ 'ਚ ਜਿਹੜੇ ਜੀ ਲੋੜਵੰਦ ਹੈ ਜੀ ਸਰਕਾਰੀ ਹਦਾਇਤਾਂ ਦੇ ਮੁਤਾਬਕ ਉਹਨਾਂ ਨੂੰ ਮਿਲਣਗੇ ਜੀ ਅਤੇ ਲੋੜਵੰਦ ਕਿਹਨੂੰ ਕਿਹਾ ਜਾ ਸਕਦਾ ਲੋੜਵੰਦ ਜੀ ਜਿਹੜੇ ਬੇਘਰ ਨੇ ਔਰ ਮੈਂ ਲੋੜਵੰਦ ਜਿਹੜੇ ਲੋੜਵੰਦ ਕਿਉਂਕਿ ਗਰੀਬ ਸ਼ਬਦ ਮੈਂ ਯੂਜ਼ ਨਹੀਂ ਕਰ ਰਿਹਾ ਜਿਹੜੇ ਲੋੜਵੰਦ ਹੈ ਹਾਂ ਜਿਹੜੇ ਜ਼ਰੂਰਤਮੰਦ ਉਹਨਾਂ ਨੂੰ ਦਿੱਤੇ ਜਾਣ ਔਰ ਉਹ ਜ਼ਰੂਰ ਆਪਣਾ ਘਰ ਆਪਣੇ ਨਾਂ 'ਤੇ ਕੀਤਾ ਜਾਵੇ ਸਰ ਪਿੰਡਾਂ ਦੀਆਂ ਸਹੂਲਤਾਂ ਤਾਂ ਪਿੰਡਾਂ ਵਾਸੀਆਂ ਨੂੰ ਮਿਲੀਆਂ ਜਿਹੜੇ ਸ਼ਹਿਰਾਂ ਵਿੱਚ ਕਾਰਪੋਰੇਸ਼ਨ 'ਚ ਰਹਿ ਰਹੇ ਉਹਨਾਂ ਵਾਸਤੇ ਵੀ ਕੋਈ ਇੱਦਾਂ ਦੀ ਸਕੀਮ ਹੈ ਕੋਈ ਆਈ ਨਹੀਂ ਦੇਖੋ ਮੈਨੂੰ ਸਕੀਮਾਂ ਦਾ ਮੈਂ ਨਹੀਂ ਪਲਾਟ ਵਾਲੀ ਗੱਲ ਪਲਾਟ ਕੋਈ ਸ਼ਹਿਰ 'ਚ ਵੀ ਹੈ ਕਿ ਸਿਰਫ ਪਿੰਡਾਂ 'ਚ ਹੀ ਸਰ ਨਹੀਂ ਮੈਨੂੰ ਘੱਟ ਕਿਉਂਕਿ ਜਿਹੜੀ ਨੌਲੇਜ ਹੁੰਦੀ ਹੈ ਵਿਦਾਊਟ ਨੌਲੇਜ ਬੰਦੇ ਉਹ ਡੇਂਜਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਰ ਮੈਨੂੰ ਇਹ ਸ਼ਹਿਰੀ ਘੱਟ ਪਤਾ ਜੀ ਇਸ ਕਰਕੇ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਸ ਜੀ ਪੰਜਾਬ ਸਰਕਾਰ ਬਹੁਤ ਵਧੀਆ ਵਧਾਈ ਦੇ ਪਾਤਰ ਹੈ ਜੀ ਕੰਮ ਕਰ ਰਹੀ ਹੈ ਔਰ ਸਰਕਾਰਾਂ ਪਬਲਿਕ ਵਾਸਤੇ ਕਿਉਂਕਿ ਮੈਂ ਤਾਂ 27-28 ਮੁਲਕਾਂ 'ਚ ਜਾ ਚੁੱਕਾ ਜੀ ਉੱਥੇ ਤਾਂ ਪਬਲਿਕ ਨੂੰ ਬਹੁਤ ਪਹਿਲ ਹੈ ਜੀ ਔਫੀਸਰ ਸਾਰੇ ਆਣ ਕੇ ਪਬਲਿਕ ਦਾ ਕੰਮ ਕਰਦੇ ਨੇ ਔਰ ਇੱਥੇ ਵੀ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਜਲੰਧਰ ਖਾਸ ਕਰਕੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਜੀ ਔਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਔਰ ਉਹਨਾਂ ਦਾ ਪੂਰਾ ਪ੍ਰਸ਼ਾਸਨ ਵਧਾਈ ਦਾ ਪੱਤਰ ਹੈ ਜੀ ਦਵਿੰਦਰ ਜੀ ਹਰ ਵਕਤ ਦੇ ਸਮੇਂ ਦੇ ਨਾਲ ਤੁਸੀਂ ਚੱਲਿਓ ਸਮੇਂ ਜ਼ਰੂਰਤ ਪੈਣ 'ਤੇ ਤੁਸੀਂ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਦੇ ਨਾਮ 'ਤੇ ਵੀ ਵਧੀਆ ਇੱਕ ਉਪਰਾਲੇ ਕੀਤੇ ਨੇ ਅਗਰ ਗਰੀਬਾਂ ਦੀ ਗੱਲ ਕਰੀਏ ਉਹਨਾਂ ਦੇ ਮੇਲੇ ਦੀ ਗੱਲ ਕਰੀਏ ਮੇਲੇ ਦੇ ਨਾਂ 'ਤੇ ਪੰਜਾਬ ਸਰਕਾਰ ਦੇ ਨਾਂ 'ਤੇ ਵੀ ਕੁਛ ਦੋ ਸ਼ਬਦ ਕੋਈ ਦੋ ਬੋਲ ਬਣਾਏ ਨਾ ਜਿਹੜੇ ਕਿ ਸੁਣਾ ਕੇ ਅਸੀਂ ਗੱਲਬਾਤ ਕਰ ਸਕਦੇ ਹਾਂ ਹਾਂ ਮੈਂ ਅੱਜ ਹੁਣ ਬੜੇ ਇੱਕ ਤੁਹਾਡੇ ਮੀਡੀਅਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਅੱਜ ਤਿੰਨ ਬੀਬੀਆਂ ਸਿੰਘੂ ਬਾਰਡਰ 'ਤੇ ਆਟੋ ਤੋਂ ਚੜ੍ਹਨ ਵਾਸਤੇ ਖੜੀਆਂ ਸੀਗੀਆਂ ਅੱਜ ਤਿੰਨ ਬੀਬੀਆਂ ਉਹ ਟਰੱਕ ਦੇ ਥੱਲੇ ਆ ਗਈਆਂ ਉਹਨਾਂ ਦੀ ਤਿੰਨਾਂ ਦੀ ਮੌਤ ਹੋਈ ਹੈ ਅਤੇ ਇਹ ਕਿਸਾਨੀ ਸੰਘਰਸ਼ ਵਿੱਚ ਅੱਜ ਹੋਰ ਇੱਕ ਤਿੰਨ ਬੀਬੀਆਂ ਜਿਹੜੀਆਂ ਉਹ ਸ਼ਹੀਦ ਹੋ ਗਈਆਂ ਨੇ ਉਹ ਬੜਾ ਅੱਜ ਦੀ ਹੁਣ ਆ ਡੇਢ ਦੋ ਕੁ ਘੰਟੇ ਤੋਂ ਪਹਿਲਾਂ ਦੀ ਅਤੇ ਬਾਕੀ ਕਿਸਾਨੀ ਸੰਘਰਸ਼ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬਿਲਕੁਲ ਜੀ ਅਸਾਂ ਸਾਡੇ ਮੇਲਿਆਂ ਦੇ ਬਾਦਸ਼ਾਹ ਪੰਜਾਬ ਦੀ ਸ਼ਾਨ ਦਲਵਿੰਦਰ ਦਿਆਲਪੁਰੀ ਜਿਨ੍ਹਾਂ ਨੇ ਪੂਰੇ